ਤੁਹਾਡਾ ਨਾ ਇੱਕ ਛੋਟਾ ਜਿਹਾ ਪੱਖ ਲੈਣਾ ਤੁਹਾਡੇ ਕੋਲ ਨਾ ਕੰਪਲੇਂਟ ਚੱਲਦੀ ਹੈ ਇੱਕ ਜੀ ਮਨਮਿੰਦਰਜੀਤ ਕੌਰ ਵਾਈਫ ਆਫ ਲੇਟ ਸ਼੍ਰੀ ਬਲਜੀਤ ਸਿੰਘ ਜੀ ਦੀ ਹਾਂਜੀ ਇਹ 19/7 ਨੂੰ ਜੀ ਕੰਪਲੇਂਟ ਜਿਹੜੀ ਇਹਨਾਂ ਨੇ ਦਿੱਤੀ ਸੀਗੀ ਤੇ ਇਹ ਤੀਰਥ ਕੌਰ ਮੈਡਮ ਨੇ ਉਹਨਾਂ ਦੇ ਖਿਲਾਫ ਹੈਗੀ ਹੈ ਵਾਈਫ ਆਫ ਕੁਲਦੀਪ ਗਿੱਲ ਹਾਂਜੀ ਤੀਰਥ ਕੌਰ ਮੈਡਮ ਹੈਗੇ ਆ ਤੀਰਥ ਕੌਰ ਜੀ ਹਾਂਜੀ ਉਹਨਾਂ ਦੇ ਹਾਂਜੀ ਖਿਲਾਫ ਕੰਪਲੇਂਟ ਹੈਗੀ ਹੈ ਤੇ ਹਾਂਜੀ ਉਹਨਾਂ ਉਹ ਨੇ ਕੁਲਦੀਪ ਸਿੰਘ ਗਿੱਲ ਜੀ ਨੇ ਜੋ ਹਾਂਜੀ ਟਰੈਵਲ ਏਜੰਟ ਨੇ ਉਹਨਾਂ ਦੀ ਵਾਈਫ ਨੇ ਹਾਂਜੀ ਤੇ ਸਰ ਇਸ ਕੰਪਲੇਂਟ ਦਾ ਬਣਿਆ ਕੀ ਹੈ ਜੀ ਉਹ ਹਾਲੇ ਤੱਕ ਕੁਝ ਹੋਇਆ ਹੈ ਇਹ ਦਰਖਾਸਤ ਕਰਤਾ ਆਈ ਨਹੀਂ ਜੀ ਸਾਡੇ ਕੋਲ ਸਟੇਟਮੈਂਟ ਨਹੀਂ ਦੇ ਗਈ ਹਜੇ ਤੱਕ ਸਰ 4 ਵਾਰ ਤਾਂ ਆ ਗਿਆ ਤੁਹਾਡੇ ਕੋਲ ਕਾਉਂਸਲਿੰਗ ਕਰਨ ਲੱਗੀ ਸਟੇਟਮੈਂਟ ਲਿਖਾਈ ਨਹੀਂ ਉਹ ਕਹਿੰਦੇ ਜੀ ਫਿਰ ਅਸੀਂ ਵਕੀਲ ਤੋਂ ਬਣਾ ਕੇ ਦੇਵਾਂਗੇ ਮੁੜ ਕੇ ਦਿੱਤੀ ਨਹੀਂ ਸਾਨੂੰ ਨਾ ਆਪ ਲਿਖਾਈ ਹੈ ਨਾ ਵਕੀਲ ਤੋਂ ਬਣਾ ਕੇ ਦਿੱਤੀ ਹੈ ਓਕੇ 4 ਵਾਰ ਜਦੋਂ ਬੁਲਾਇਆ ਤੁਸੀਂ ਉਹਨਾਂ ਵਿੱਚੋਂ ਜਿਹੜੇ ਜਿਹਦੇ ਖਿਲਾਫ ਹੈਗੀ ਹੈ ਰਿਸਪੋਂਡੈਂਟ ਮੈਡਮ ਹਾਂਜੀ ਤੀਰਥ ਕੌਰ ਜੀ ਉਹਨਾਂ ਨੂੰ ਤੁਸੀਂ ਬੁਲਾਇਆ 1 ਵਾਰ ਵੀ ਉਹਦਾ ਘਰ ਵਾਲਾ ਆਇਆ ਜਿਹਨੇ ਗੱਲ ਇਹਨਾਂ ਨਾਲ ਬਿਆਨਾ ਨਹੀਂ ਕੀਤਾ ਸੀਗਾ ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਨੂੰ ਬੁਲਾਇਆ ਜੀ ਗੁਰੂ ਜੀ ਉਹ ਉਹਨਾਂ ਦੀ ਹੈ ਜਿਹੜੀ ਇਹ ਕੰਪਲੇਂਟ ਉਹਨੇ ਬਿਆਨਾ ਇਹਨਾਂ ਨਾਲ ਕੀਤਾ ਸੀ ਇਹਦੇ ਨਾਲ ਗਿੱਲ ਨਾਲ ਗਿੱਲ ਦੇ ਸਾਹਮਣੇ ਨਾਲ ਕਾਉਂਸਲਿੰਗ ਕਰਕੇ ਟਾਈਮ ਲੈ ਕੇ ਜਾਂਦੇ ਰਹੀਆਂ ਸਰ ਦੋਵੇਂ ਤੁਸੀਂ ਪਾਰਟੀਆਂ ਐਗਰੀਮੈਂਟ ਟੂ ਸੈਲ ਪੜਿਆ ਸਰ ਹਾਂਜੀ ਪੜਿਆ ਉਹਦੇ ਉੱਪਰ ਕਿਹਦੇ ਨਾਲ ਹੋਇਆ ਜੀ ਦਸਤਖਤ ਉਹਦੇ ਨੇ ਪਰ ਗੱਲ ਇਹਦੇ ਨਾਲ ਹੋਈ ਹੈ ਸਰ ਤੁਸੀਂ ਉਹ ਮੇਰੀ ਕਹਿੰਦੇ ਕਾਗਜ਼ ਦੋਹੇ ਸਰ ਦੋਹੇ ਮੈਂ ਪਾਰਟੀਆਂ ਕਾਗਜ਼ਾਂ ਦੀ ਟਾਈਮ ਗੱਲ ਕਰ ਰਹੇ ਹਾਂ ਸਰ ਤੁਸੀਂ ਕਾਗਜ਼ਾਂ ਤੇ ਐਵੀਡੈਂਸ ਦੇ ਨਾਲ ਚੱਲਣਾ ਹੈ ਕਿ ਗੱਲਾਂ ਨਾਲ ਕਾਰਵਾਈ ਐਵੀਡੈਂਸ ਅਸੀਂ ਤੇ ਸਾਨੂੰ ਤਾਂ ਦੇਣਾ ਹਾਂ ਆਪਣਾ ਸਟੇਟਮੈਂਟ ਦੇਣਾ ਜੀ ਜਿਹੜੀ ਬਣਦੀ ਕਾਰਵਾਈ ਕਰਦੇ ਹਾਂ ਹਾਂ ਨਹੀਂ ਨਹੀਂ ਮੈਂ ਇਹ ਪੁੱਛ ਰਿਹਾ ਤੁਸੀਂ ਮੈਡਮ ਤੀਰਥ ਕੌਰ ਜੀ ਨੂੰ ਬੁਲਾਇਆ 1 ਵਾਰ ਵੀ ਹਾਲ ਤੱਕ ਚਾਰ ਬੁਲਾਇਆ ਨੌ ਸੀਗਾ ਆਈ ਨਹੀਂ ਅਜੇ ਸਾਡੇ ਕੋਲੋਂ ਵੀ ਤੁਸੀਂ ਕੋਈ ਕੀਤੀ ਫਿਰ ਕੋਈ ਸਮਨ ਭੇਜਿਆ ਕੁਝ ਨੋਟਿਸ ਭੇਜਿਆ ਕੋਈ ਸਮਨ ਭੇਜਿਆ ਸੀਗਾ ਜੀ ਸਮਨ ਨੋਟ ਹੋਇਆ ਵਾ ਸਾਡੇ ਕੋਲ ਸਮਨ ਕਿੰਨੇ ਭੇਜੇ ਸਰ 4-5 ਭੇਜਤੇ ਸਮਨ ਤਾਂ 4-5 ਭੇਜਤੇ ਆ ਮੈਨੂੰ ਕਾਪੀ ਭੇਜੂਗੇ ਸਰ ਸਮਨ ਦੀ ਪਲੀਜ਼ ਨਹੀਂ ਮੈਂ ਅਜੇ ਬਾਹਰ ਆ ਦਫ਼ਤਰ ਤੋਂ ਮੈਨੂੰ ਭੇਜ ਦਿਓ ਮੈਂ ਲਾਣੀ ਹੈ ਖਬਰ 'ਚ ਠੀਕ ਹੈ ਜੀ ਤੇ ਇਹਨਾਂ ਦਾ ਹੁਣ ਅੱਗੇ ਬਣਦਾ ਕੀ ਹੈ ਸਰ ਸਟੇਟਮੈਂਟ ਦੇਣਗੇ ਇਹ ਤਾਂ ਹੀ ਬਣਨਗੇ ਜੀ ਮੰਦਈ ਪਹਿਲਾਂ ਦਰਖਾਸਤ ਕਰਤਾ ਓਕੇ ਠੀਕ ਹੈ ਸਰ ਸਰ ਕੋਈ ਪ੍ਰੈਸ਼ਰ ਵਗੈਰਾ ਤਾਂ ਨਹੀਂ ਹੈ ਜੀ ਕੋਈ ਦਬਾਅ ਨਹੀਂ ਜੀ ਨਹੀਂ ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ ਪੱਕਾ ਜੀ ਆਨਮੈਂਟ ਕੰਮ ਕਰਨਾ ਜੋ ਹੈ ਜਿਹਨੂੰ ਤੁਸੀਂ 4 ਵਾਰ ਬੁਲਾਇਆ ਬੰਦਾ ਕੁਲਦੀਪ ਗਿੱਲ ਇਹਦੇ ਉੱਪਰ ਤਾਂ ਆਲਰੇਡੀ ਪਰਚੇ ਦਰਜ ਹੈਗੇ ਆ ਜੀ ਤੁਹਾਡੇ ਮੋਹਾਲੀ ਦੇ ਵਿੱਚ ਤੁਸੀਂ ਬੁਲਾ ਵੀ ਰਹੇ ਹੋ ਅਰੈਸਟ ਫੇਰ ਨਹੀਂ ਹੁੰਦਾ ਇਹ ਸਾਡੇ ਕੋਲ ਕੋਈ ਪਰਚਾ ਨਹੀਂ ਇਹਦੇ ਖਿਲਾਫ ਚਲੋ ਲੇਕਿਨ ਕਮਿਊਨੀਕੇਸ਼ਨ ਤਾਂ ਰਹਿੰਦੀ ਹੈ ਨਾ ਜੀ ਇੱਕ ਪੁਲਿਸ ਦਾ ਇੱਕ ਮੁਲਜ਼ਮ ਤੁਹਾਡੀ ਪੂਰੀ ਪੰਜਾਬ ਪੁਲਿਸ ਦਾ ਮੁਲਜ਼ਮ ਹੈ ਨਾ ਜੀ ਹਾਂਜੀ ਹਾਂ ਫਿਰ ਮਤਲਬ ਉਹਨੂੰ ਤਾਂ ਵੀ ਅਰੈਸਟ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਕਿੱਥੇ ਪਰਚਾ ਦਰਜ ਇਹਦੇ ਤੇ ਅੱਛਾ ਬਾਕੀ ਫਿਰ ਜੀ ਜਿੱਥੇ ਪਰਚਾ ਦਰਜ ਫੜੀ ਲੈਣਾ ਪੁਲਿਸ ਨੇ ਇੱਥੇ ਕੌਂਦੇ ਨੂੰ ਤੁਸੀਂ ਵੀ ਪੁਲਿਸ ਹੀ ਹੋ ਸਰ ਤੁਸੀਂ ਕਿਹੜਾ ਮੈਂ ਮੇਰੇ ਕੋਲ ਹੈ ਨਹੀਂ ਨਾ ਕੋਈ ਜੀ ਮੇਰੇ ਬੰਦਾ ਮੈਂ ਫੜ ਲੈਂਦਾ ਮੇਰੇ ਕੋਲ ਤਾਂ ਕੰਪਲੇਂਟ ਆ ਹਜੇ ਓਕੇ ਨਹੀਂ ਨਹੀਂ ਤੁਹਾਡੇ ਡਿਪਾਰਟਮੈਂਟ ਵਿੱਚ ਹੀ ਹੈ ਨਾ ਬਾਕੀ ਹੈ ਤਾਂ ਪੰਜਾਬ ਪੁਲਿਸ ਦਾ ਹੀ ਹਿੱਸਾ ਤੁਸੀਂ ਚਲੋ ਮੈਨੂੰ ਨਹੀਂ ਪਤਾ ਚਲੋ ਥੈਂਕ ਯੂ ਸਰ ਥੈਂਕ ਯੂ ਸੋ ਮਚ ਮੈਨੂੰ ਕਾਈਂਡਲੀ ਉਹ ਸਮਨਾਂ ਦੀ ਕਾਪੀ ਭੇਜ ਦਿਓ ਪਲੀਜ਼ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਇਸ ਮਾਮਲੇ ਦੇ ਆਈਓ ਆਰਥਿਕ ਅਪਰਾਧ ਵਿੰਗ ਯਾਨੀ EOW ਵਿੱਚ ਤੈਨਾਤ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਨਾਲ ਗੱਲਬਾਤ ਹੋਇਆਂ ਨੂੰ 7 ਦਿਨ ਬੀਤ ਚੁੱਕੇ ਹਨ ਹੁਣ ਤੱਕ ਨਾ ਤਾਂ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਨੇ ਆਪਣੇ ਕਹੇ ਮੁਤਾਬਕ ਕੋਠੀ ਵੇਚਣ ਲਈ ਸਮਝੌਤਾ ਕਰਨ ਵਾਲੇ ਮੈਡਮ ਤੀਰਥ ਕੌਰ ਪਤਨੀ ਕੁਲਦੀਪ ਗਿੱਲ ਜੋ ਕਿ ਇੱਕ ਟਰੱਕ ਟਰੈਵਲ ਏਜੰਟ ਹੈ ਨੂੰ ਭੇਜੇ 5 ਸਮਨਾਂ ਵਿੱਚੋਂ 1 ਵੀ ਸਮਨ ਦੀ ਕਾਪੀ ਭੇਜੀ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਬੀਤੇ 7 ਦਿਨਾਂ ਤੋਂ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਦਫ਼ਤਰ ਗਏ ਵੀ ਹਨ ਜਾਂ ਨਹੀਂ ਜੇਕਰ ਗਏ ਹਨ ਤਾਂ ਫਿਰ ਕਹਿ ਕੇ ਵੀ ਸਮਨ ਦੀ ਕਾਪੀ ਕਿਉਂ ਨਹੀਂ ਭੇਜੀ ਜਾਂ ਸਿਰਫ ਕੁਲਦੀਪ ਗਿੱਲ ਦੀ ਪਤਨੀ ਤੀਰਥ ਕੌਰ ਨੂੰ ਬਚਾਉਣ ਲਈ ਤੇ ਪੱਲਾ ਝਾੜਨ ਨੂੰ ਮੀਡੀਆ ਨਾਲ ਝੂਠ ਬੋਲ ਬੈਠੇ ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਦੀ ਵਕਾਲਤ ਕਰਦੇ ਨਜ਼ਰ ਕਿਉਂ ਆ ਰਹੇ ਹਨ ਤੀਜਾ ਸਵਾਲ ਕਿਤੇ ਸਬ ਇੰਸਪੈਕਟਰ ਦਰਸ਼ਨ ਸਿੰਘ ਜੀ ਦੀ DSP ਸਿਟੀ 2 ਦੇ ਨਾਲ ਤੈਨਾਤੀ ਸਮੇਂ ਦਾ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਨਾਲ ਕੋਈ ਪੁਰਾਣਾ ਹਿਸਾਬ ਕਿਤਾਬ ਜਾਂ ਪਿਆਰ ਤਾਂ ਚੱਲਦਾ ਨਹੀਂ ਆ ਰਿਹਾ ਕਿਉਂਕਿ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਦੇ ਠੱਗੀ ਦੇ ਟਿਕਾਣੇ ਵੀ DSP ਸਿਟੀ 2 ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਨ ਚੌਥਾ ਸਵਾਲ ਜਦੋਂ ਕੋਠੀ ਵੇਚਣ ਲਈ ਸਮਝੌਤਾ ਤੀਰਥ ਕੌਰ ਹੁਣਾਂ ਵੱਲੋਂ ਕੀਤਾ ਗਿਆ ਤਾਂ ਫਿਰ ਉਹਨਾਂ ਨੂੰ ਥਾਣੇ ਸੱਦਣ ਦੀ ਬਜਾਏ ਉਹਨਾਂ ਦੇ ਪਤੀ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ ਪੰਜਵਾਂ ਸਵਾਲ 63 ਸਾਲਾ ਬਜ਼ੁਰਗ ਮਾਤਾ ਨੂੰ ਥਾਣੇ ਬੁਲਾ ਕੇ ਬਿਠਾ ਕੇ ਰੱਖਣਾ ਅਤੇ ਠੱਗ ਟਰੈਵਲ ਏਜੰਟ ਕੁਲਦੀਪ ਗਿੱਲ ਜਿਸ ਉੱਤੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਕਈ ਪਰਚੇ ਦਰਜ ਹਨ ਉਸ ਦੀ ਮਹਿਮਾਨ ਨਵਾਜ਼ੀ ਕਿਉਂ